ਟਾਈਮ 8:15 ਹੋ ਗਏ, ਮੱਧ ਦੇ ਭੋਗ ਪੈ ਗਏ। ਬਸ ਹੁਣ ਪਿੰਦਰ ਹੋਣੀ ਵੀ 2-3 ਘੰਟਿਆਂ ਤੱਕ ਘਰੇ ਆਉਣ ਵਾਲੇ ਨੇ। ਅੱਜ ਸਾਰੀ ਫਿਰ ਸੱਜਰੀ ਉੱਠ ਕਰੇ। ਅੱਜ ਮੌਸਮ ਪੂਰਾ ਵਧੀਆ, ਠੰਡੀ ਠੰਡੀ ਹਵਾ ਚੱਲਦੀ ਆ, ਸਾਰੇ ਆਪਾਂ ਉਹਦੇ ਕੰਮ ਕਰਦੇ ਆ। ਤੇ ਆਹ ਆਪਦਾ ਇਹ ਕਹਿੰਦਾ ਮੈਂ ਝਾੜੂ ਲਾ ਦਵਾਂ, ਹੈਰਨ ਚੇਰ ਝਾੜੂ ਲਾ ਨਾ ਪੋਤੇ, ਮੰਜਾ ਨੀਵਾਂ ਵਾ, ਕੱਲ ਵਾਲਾ ਉੱਚਾ ਸੀਗਾ। ਨੋ 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 ਨੋ, ਫੇਵਰੇਟ ਟੋਏ ਭਾਂਡੇ ਕੀ ਲੈਣਾ ਵਾ? ਨਹੀਂ ਚਾਹ ਪਾਉਣੀ ਨੀ ਲੈਣੀ ਹੈਗੀ। ਨੋ ਨੋ ਨੋ, ਪਿੰਦਰ ਦਿੱਲੀ ਤੋਂ ਘਰੇ ਆ ਗਏ ਸੀਗੇ ਤੇ ਹੁਣ ਆਪਾਂ ਚੱਲੇ ਆ ਮੰਡੀ ਨੂੰ। ਉੱਥੋਂ ਥੋੜਾ ਜਿਹਾ ਸਮਾਨ ਫੜਨਾ ਵੀ ਆ ਤੇ ਥੋੜਾ ਜਿਹਾ ਲੈ ਕੇ ਵੀ ਆਉਣਾ। ਆਉਂਦੇ ਹੋਏ ਰਾਹ ਚੋਂ ਕੇਕ ਵੀ ਫੜਨਾ ਜਿਹੜਾ ਕਿ ਆਪਾਂ ਸ਼ੂਗਰ ਡ੍ਰੀਮ ਤੋਂ ਬਣਾਇਆ ਵਾ। ਹੋਰ ਜੀ, ਪਿੰਦਰ ਨਹੀਂ ਆਏ, ਸਾਰੇ ਜਣੇ ਆਏ ਨੇ। ਓਹੀ ਸਾਰੇ ਸਾਰੇ ਜਣੇ ਆ ਗਏ ਘਰੇ। ਅੱਗੇ ਤਾਂ ਪਿੰਦਰ ਦਿੱਲੀ ਤੋਂ ਆਉਂਦੇ ਐ ਡੇ ਪੈਂਦੇ ਆ ਵੀ ਪਤਾ ਨੀ ਕਿੱਥੋਂ ਆਏ ਨੇ। ਅੱਜ ਇੰਨੀ ਚੁਸਤੀ ਫੁਰਤੀ ਕਿੱਥੋਂ ਆ ਗਈ? ਗੱਡੀ ਚਲਾਉਂਦੇ ਨਾ ਸੌ ਜਿਓ, ਤੌਲੀ ਲੈਣੇ ਸੀ ਉਹ ਵੀ ਲੈ ਲੇ, ਗੈਸ ਚੁੱਲਾ ਵੀ ਲੈ ਲੇ। ਮੰਡੀ ਤੋਂ ਆਪਣਾ ਕੰਮ ਨਿਬੜ ਗਿਆ, ਹੁਣ ਆਪਾਂ ਚੱਲਦੇ ਆ ਘਰ ਨੂੰ। ਇੱਕ ਡੇਲੋ ਤੋਂ ਮੈਂ ਬਰਿੰਦਰ ਤੋਂ ਸੂਟ ਫੜਨਾ ਵਾ ਤੇ ਫਿਰ ਰੈਪੁਰ ਤੋਂ ਕੇਕ ਪਿਕ ਕਰਕੇ ਫਿਰ ਜਾਵਾਂਗੇ ਆਪਾਂ ਘਰੇ। ਕੰਮ ਨਿਬੜਿਆ ਨੀ ਹੈਗਾ, ਗਾਲਾਂ ਦਾ ਪੂਰਾ ਪੂਰਾ ਪ੍ਰੋਗਰਾਮ ਬਣ ਗਿਆ ਬਈ, ਕਿਉਂਕਿ ਅੱਜ ਸੀਗਾ ਚੌਥਾ ਐਤਵਾਰ। ਦੇ ਤਾਲੀ ਦੇ ਤਾਲੀ, ਚਲ ਤਾਲੀ ਦਾ ਡੈਡੀ ਦੋ ਤੁਹਾਨੂੰ ਗਿਆਨ। ਹਾਂ ਕਿਉਂ ਵੀ ਰੱਖੇ ਕਿੱਥੇ ਪੈਂਦੀ ਹੁੰਦੀ ਹੈ ਫਿਰ? ਹੈ ਕਿੱਥੇ ਹੁੰਦੀ ਹੈ, ਹੈ ਕਿੱਥੇ ਹੁੰਦੀ ਹੈ ਤਰੇ? ਇੱਥੇ ਹੁੰਦੀ ਹੁੰਦੀ ਯਾਰ, ਸ਼ੇਰ ਪਾਣੀ ਦੀ ਢੇਰੀ ਲਿਆਂਦੀ ਪਈ ਆ ਪੀਣ ਵਾਲੀ। ਅੱਜ ਡੈਡਾ ਦੇ ਹੈ ਹੀ ਹੋਊਗੀ, ਉੱਥੇ ਹੈ ਹੋਊਗੀ ਸਭ। ਪਕੌੜੇ ਕੱਚੇ ਕਰਕੇ ਸਾਰੇ ਰੱਖੀ ਜਾਂਦੇ ਆ ਹੈ। ਇਹ ਲੜਾਕਾ ਬਣੂ, ਇਹ ਕੀ ਕਹਿੰਦੀ ਹੈ ਨਾ ਮਾਸ ਮਾਮੀ, ਦੇ ਦੇ ਖੀਰਾ ਮਾਮੀ ਨੂੰ, ਦੀਦੀ ਨੂੰ ਦੇ ਦੇ, ਭੁੱਖੜਾ ਦੇ ਦਿਆ ਕਰ ਕਿਸੇ ਨੂੰ ਕੋਈ ਚੀਜ਼, ਉਹ ਟਿਡਿਆ ਦੇ ਦਿਆ ਕਰ। ਨਹੀਂ ਇਹ ਪਰਚੀਟਾ, ਇਹ ਪਰਚੀਟਾ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਜੀ? ਅੱਜ ਤਰੀਕ ਹੈਗੀ ਆ 25 ਮਾਰਚ ਤੇ ਅੱਜ ਆਪਣੇ ਘਰੇ ਪੈਣਾ ਖੰਡ ਪਾਠ ਦਾ ਭੋਗ ਤੇ ਆਪਣੇ ਬਾਹਰਲੇ ਸਾਰੇ ਆਏ ਹੋਏ ਆ। ਮੈਂ ਤੇ ਰਣਸ਼ੇਰ ਪੂਰੇ ਰੈਡੀ ਆ, ਚਲਿਓ ਵਾਹੇ ਵਾਹੇ। ਹਲਵਾਈ ਆਪਦੀਆਂ ਭੱਠੀਆਂ ਚੱਕ ਕੇ ਸਾਰੀਆਂ ਗੁਰਦੁਆਰਾ ਸਾਹਿਬ ਲੈ ਗਏ। ਅੱਜ ਆਪਣਾ ਸਾਰਾ ਪ੍ਰੋਗਰਾਮ ਗੁਰਦੁਆਰਾ ਸਾਹਿਬ ਹੀ ਆ। ਹਾਂਜੀ ਬਾਬਾ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਆਪਾਂ ਘਰੇ ਭੋਗ ਪਾਤਾ, ਹੁਣ ਕੀਰਤਨ ਗੁਰਦੁਆਰਾ ਸਾਹਿਬ ਆਊ ਤੇ ਸੰਗਤ ਵੀ ਸਾਰੀ ਗੁਰਦੁਆਰਾ ਸਾਹਿਬ ਹੀ ਆਊਗੀ। ਹੁਣ ਉੱਥੇ ਜਾ ਕੇ ਤਿਆਰੀ ਕਰੀਏ। ਤਿਆਰੀ ਹੋਈ ਜਾਂਦੀ ਆ, ਗੇਟ ਬਾਹਰ ਤਿਆਰ ਹੋ ਗਿਆ। ਇੱਧਰ ਆਪਣਾ ਸਾਰਾ ਚਾਹ ਪਾਣੀ ਦਾ ਪ੍ਰਬੰਧ ਆ,
ਤੇ ਇੱਧਰ ਬੈਠਣ ਨੂੰ। ਦੋ ਪ੍ਰਧਾਨ ਆਪਣੇ ਪਹੁੰਚ ਚੁੱਕੇ ਨੇ, ਵੱਡੇ ਪ੍ਰਧਾਨ ਤੇ ਛੋਟੇ ਪ੍ਰਧਾਨ, ਪਰ ਹਲੇ ਜਮਾਂ ਹੀ ਛੋਟੇ ਪ੍ਰਧਾਨ ਨੇ ਕੰਮ ਲਾਇਆ। ਪੌੜੀਆਂ ਡੈਪਣਾ ਪੁੱਤ ਹੈ, ਬਿਨਾਂ ਪਿਆਰਿਆਂ ਸਚਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਧਾਰ ਕੇ ਬੋਲੋ ਜੀ ਬੋਲੇ। ਤੁਸੀਂ ਇੱਕ ਨਾਮ ਮੇਰੇ ਮੂੰਹੋਂ ਕਾਫੀ ਵਾਰੀ ਸੁਣਿਆ ਹੋਊਗਾ, ਅਮਨਾ, ਮੈਟ ਅਮਨਾ, ਮੇਰੇ ਮਾਮੇ ਦਾ ਮੁੰਡਾ। ਨਾਟ ਮਾਮੇ ਦਾ ਮੁੰਡਾ, ਓਨਲੀ ਹੀ ਇਜ਼ ਲਾਈਕ ਰੀਅਲ ਬ੍ਰਦਰ ਟੂ ਮੀ। ਭੋਗ ਪੈ ਗਿਆ, ਸਾਰੇ ਰੋਟੀ ਪਾਣੀ ਖਾਣ ਲੱਗੇ ਸੀ, ਰਣਸ਼ੇਰ ਵੀ ਸੁੱਤਾ ਪਿਆ ਉੱਠ ਖੜਿਆ, ਹੁਣ ਉਹਨੂੰ ਪਿਆਸ ਲੱਗੀ ਸੀਗੀ, ਸੋਚਿਆ ਉਹਦਾ ਸਿੱਪਰ ਲੈ ਆਈਏ ਕਿਉਂਕਿ ਉਹਦਾ ਸਿੱਪਰ ਤੋਂ ਬਿਨਾਂ ਉਹ ਪਾਣੀ ਪੀਂਦਾ ਨਹੀਂ, ਘੁੱਟ ਉਹਨੂੰ ਭਰਨੀ ਨਹੀਂ ਉਹਦੀ ਗਲਾਸ 'ਚ। ਚਲੋ ਬੇ, ਮੇਰੇ ਨਾਲ ਆਈ ਹੈ ਕਿਰਨ। ਹੈਲੋ। ਆਪਣੇ ਘਰੇ ਅੱਜ ਹੋਲੀ ਵਾਲੇ ਦਿਨ ਪ੍ਰੋਗਰਾਮ ਸੀ, ਆਹ ਬੰਦੇ 2 ਘੰਟੇ ਦੇ ਇੱਥੇ ਘੁੰਮਦੇ ਫਿਰਦੇ ਆ ਸਾਨੂੰ ਲਵੇੜਨ ਦੀ ਖਾਤਰ। ਇੱਕ ਬੰਦੇ ਨੇ ਤਾਂ ਮੂੰਹ ਹੀ ਲੁਕੋ ਲਿਆ। ਹੈਲੋ, ਕੋਈ ਚੱਕਰ ਨੀ, ਹੋਲੀ ਮਨਾਈ ਆ, ਕਲਰ ਹੀ ਲੱਗਿਆ, ਕੁਛ ਨੀ ਹੋਇਆ, ਤਾਂ ਹੀ ਪਿੰਦਰੋੜੀ ਲੁਕੇ ਬੈਠੇ ਆ। ਮੈਨੂੰ ਕਹਿੰਦੇ ਵੀ ਘਰੇ ਗਰਜੋਤ ਤੇ ਉਹਦੀ ਵਾਈਫ ਆਇਆ ਵੀ ਤੂੰ ਚਲੀ ਜਾ ਹਨਾ, ਮੈਂ ਕਿਹਾ ਮੈਂ ਜਾਣੀ ਆ, ਕਹਿੰਦੇ ਪਰ ਜਾਈ ਧਿਆਨ ਨਾਲ, ਤੂੰ ਲਿਬੜ ਵੀ ਸਕਦੀ ਆ। ਮੈਂ ਕਿਹਾ ਹੁਣ ਦੇਖੀ ਜਾਊ, ਮੈਂ ਤਾਂ ਜਾਣੀ ਆ। ਚਲੋ ਆ ਜਾਓ, ਰੋਟੀ ਪਾਣੀ ਖਾ ਲਓ, ਹੁਣ ਆਏ ਤਾਂ ਹੈਗੇ ਹੋ ਤੁਸੀਂ। ਤੁਸੀਂ ਤਾਂ ਨਹੀਂ, ਤੁਸੀਂ ਤਾਂ ਘੁੰਡ ਕੱਢ ਰਹੇ ਹੋ ਜਿਵੇਂ ਤੁਹਾਡਾ ਕੋਈ ਸੱਸ ਸਹੁਰਾ ਖੜਾ ਹੁੰਦਾ। ਚਲੋ ਕੋਈ ਗੱਲ ਨੀ, ਚੁੱਕੇ ਆਵੇ, ਠੀਕ ਆ ਠੀਕ ਆ। ਆਪਣਾ ਪ੍ਰੋਗਰਾਮ ਤਾਂ ਸਮਾਪਤ ਹੋ ਗਿਆ, ਪਰ ਹਾਲੇ ਤੱਕ ਅਸੀਂ ਘਰੇ ਨੀ ਗਏ, ਹੁਣ ਅਸੀਂ ਗੁਰਦੁਆਰੇ ਦਰਬਾਰ ਸਾਹਿਬ ਦੇ ਅੰਦਰ ਹੀ ਬਹਿ ਗਏ। ਬਾਹਰ ਗਰਜੋਤ ਫਿਰਦਾ ਰੰਗ ਲਈ ਭੋਗਾਂ ਦਾ ਲਵੇੜਦੇ ਲਵੇੜਦੇ ਆ। ਇੱਧਰ ਸਰੀ ਬੈਠਾ ਪੁਲਸੀਆ, ਦੇਖੋ ਪੁਲਸੀਆ ਡਿਊਟੀ ਤੇ ਆ। ਮੈਂ ਕਿਹਾ ਪੁਲਸੀਆ ਡਿਊਟੀ ਤੇ ਆ ਗੁਰਜੋਤ ਨੇ, ਅਸੀਂ ਤਾਂ ਕਿੰਨੇ ਵੱਡੇ ਆ, ਲੁਕਦੇ ਫਿਰਦੇ ਆ ਅੱਜ। ਯਾ ਯਾ, ਲਵਾ ਲਈ ਰੰਗ ਫਿਰ, ਲਵਾ ਲਾ ਤੂੰ, ਤੇਰਾ ਸਰ ਜਾਣਾ, ਲਵਾ ਲਾ ਤੂੰ ਕਹਿੰਦਾ ਯਾਰ। ਮੈਂ ਤਾਂ ਬਹੁਤ ਦੂਰ ਜਾਣਾ ਵੀਰੇ, ਤੁਸੀਂ ਲਵਾ ਲਾ ਤੂੰ ਯਾਰ। ਤੂੰ ਮੈਨੂੰ ਪਤਾ ਨਾ, ਮੈਂ ਤਾਂ ਹੀ ਤਾਂ ਮੂਹਰੇ ਨਹੀਂ ਹੁੰਦਾ, ਤੁਸੀਂ ਮੈਨੂੰ ਰਖਾ ਜਾਣਾ। ਨਹੀਂ ਯਾਰ, ਮੇਰੇ ਸਾਡੇ ਯਾਰ ਸਾਰੇ ਬਾਹਰ ਲਏ ਹੋਏ ਯਾਰ, ਚੰਗਾ ਲੱਗਦਾ ਯਾਰ। ਬਾਹਰ ਨਹੀਂ, ਦਰਬਾਰ ਨਹੀਂ ਮਾੜਾ ਨਹੀਂ ਨਹੀਂ ਉਹਨਾਂ ਕਾਸ਼ੀ ਗਿਆ ਸੀਗਾ ਬਾਹਰ, ਹੌਸਲਾ ਜਿਹਾ ਕਰਕੇ ਪੜ ਲਿਆ। ਇੱਕ ਬੰਦਾ ਤਾਂ ਡਿੱਕੇ ਆ ਗਿਆ। ਹੈਪੀ ਹੋਲੀ, ਹੈਪੀ ਹੋਲੀ। ਦੋ ਬੰਦੇ ਨਾ ਅੰਦਰ ਲੁਕੇ ਬੈਠੇ ਆ, ਆ ਜਾਓ ਬਾਹਰ ਤੁਸੀਂ ਵੀ।
ਬੰਦੇ ਫੜੇ ਗਏ ਦੋ ਹੋਰ ਚਲੋ ਚਲੋ ਮੈਂ ਤੁਹਾਡੀ ਵੀਡੀਓ ਬਣਾਉਣੀ ਲਈ ਲੈ ਤੁਸੀਂ ਵੀਰੇ ਲੈ ਦੋ ਨਹੀਂ ਵੀਰੇ ਤੁਸੀਂ ਲੈ ਦੋ ਮੇਰੇ ਨਾਲ ਲਾਇਓ ਨਹੀਂ ਨਹੀਂ ਰਣਛੇਰ ਦੇ ਨੀ ਲਵਾਉਣਾ ਰਣਛੇਰ ਛੋਟਾ ਹਲੇ ਰਣਛੇਰ ਹੀ ਰੋਈ ਜਾਂਦਾ ਵੀ ਮੇਰਾ ਡੈਡਾ ਦੇ ਲਵੇੜਦਾ ਚਾਲ ਜੀ ਡਨ 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 ਤੂੰ ਹੀ ਰੋਈ ਜਾਣਾ ਪੁੱਤ ਹੋਲੀ ਮਨਾਉਂਦੇ ਆ ਚਾਲ ਡਨ ਪੁੱਤ ਚਾਚਾ ਚਾਚਾ This is the next day. ਹੁਣ ਆਪਾਂ ਇਹ ਵਲੌਗ ਸਾਰਾ ਇਕੱਠਾ ਹੀ ਕਰ ਦਾਂਗੇ ਕਿਉਂਕਿ ਅਮਨੇ ਹੁਣੀ ਸਿਰਫ 5-6 ਦਿਨ ਲਈ ਇੰਡੀਆ ਆਇਆ ਹੁਣ ਆਪਾਂ ਉਹਨਾਂ ਦੇ ਨਾਲ ਹੀ ਰਹਿਣਾ ਅੱਜ ਅਸੀਂ ਚੱਲੇ ਹਾਂ ਅੰਮ੍ਰਿਤਸਰ ਨੂੰ ਕੱਲ੍ਹ ਲੁਧਿਆਣੇ ਮਤਲਬ 2 ਦਿਨ ਤਾਂ ਉਹਨਾਂ ਨੂੰ ਆਇਆਂ ਨੂੰ ਹੋ ਗਏ 3 ਦਿਨ ਹੋਰ ਰਹਿ ਗਏ ਸੋ ਇਹ ਵਲੌਗ ਆਪਾਂ ਸਾਰਾ ਇਕੱਠਾ ਹੀ ਕਰ ਦੇਣਾ ਜਾਂ ਇਹਦੇ 2 ਪਾਰਟ ਕਰ ਦਾਂਗੇ ਅਸੀਂ ਘਰ 'ਚ ਹੁਣ ਇੰਨੇ ਮੈਂਬਰਾਂ 2 ਗੱਡੀਆਂ 'ਚ ਵੀ ਪੂਰੇ ਨਹੀਂ ਆਉਣੇ ਤਾਂ ਕਰਕੇ ਟੈਂਪੂ ਟਰੈਵਲ ਬੁੱਕ ਕਰੀਏ ਇਹ ਕੀ ਹੈ ਹੈ ਕਿਤੋਂ ਥੱਲੇ ਕਰ ਥੱਲੇ ਕਰ ਥੱਲੇ ਕਰ ਨਾ ਅੱਜ ਆਪਾਂ ਪਹਿਲਾਂ ਆਇਆ ਬਾਬਾ ਬੁੱਢਾ ਜੀ ਤੇ ਉਸ ਤੋਂ ਬਾਅਦ ਜਾਣਾ ਹਰਿਮੰਦਰ ਸਾਹਿਬ ਅੰਮ੍ਰਿਤਸਰ ਰਣਛੇਰ ਤਾਇਆ ਕਿੱਥੇ ਆ ਤਾਂ ਕਿੱਥੇ ਆ ਹਾਲੇ ਤਾਂ ਕਾੜੀ ਪਈ ਨਹੀਂ ਹੈਗੀ ਇਹਦੀ ਫਾਈਨਲੀ 3 ਦਿਨ ਬਾਅਦ ਅਮਨ ਦੀ ਗੋਦੀ ਚ ਆ ਗਿਆ ਦੀਦੀ ਕਹਿੰਦਾ ਵੈਰੀ ਗੁੱਡ
ਚੱਲ 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 ਵੈਰੀ ਗੁੱਡ ਵੈਰੀ ਗੁੱਡ ਚੱਲ ਚੱਲ ਵੈਰੀ ਗੁੱਡ ਵੈਰੀ ਗੁੱਡ ਚੱਲ ਚੱਲ ਪੁੱਤ ਚੱਲ ਅੱਜ ਰਣਸ਼ੇਰ ਨੂੰ ਸਾਰੀ ਦਿਹਾੜੀ ਇੱਦਾਂ ਰਿਹਾ ਕਿ ਮੈਨੂੰ ਗੋਦੀ ਨਾ ਚੱਕੋ ਬਸ ਤੋਰੀ ਚੱਲੋ ਅਤੇ ਅੱਜ ਦੇ ਦਿਨ ਹੀ ਰਣਸ਼ੇਰ ਆਪਦਾ ਸਭ ਤੋਂ ਵੱਧ ਲੰਬਾ ਇਕੱਲਾ ਤੁਰਿਆ ਸੀਗਾ ਰਣਸ਼ੇਰ ਸਮਾਇਲ ਰਣਸ਼ੇਰ ਸਮਾਇਲ ਰਣਸ਼ੇਰ ਨੇ ਹੁਣ ਗੋਦੀ ਨਹੀਂ ਚੜ੍ਹਨਾ ਬਸ ਐਂ ਅਸੀਂ ਤੁਰੇ ਫਿਰਨਾ ਵਾ ਬਾਬਾ ਬੁੱਢਾ ਜੀ ਦੇ ਮੱਥਾ ਟੇਕਿਆ ਹੈ ਹੁਣ ਅਸੀਂ ਆ ਗਏ ਹਰਿਮੰਦਰ ਸਾਹਿਬ ਹਰਿਮੰਦਰ ਸਾਹਿਬ ਮੱਥਾ ਟੇਕ ਕੇ ਫਿਰ ਅਸੀਂ ਤੁਰ ਪਏ ਘਰ ਵੱਲ ਨੂੰ ਸਾਰੇ ਜਾਣੇ ਪੂਰੇ ਥੱਕੇ ਹੋਏ ਸੀ ਕੁਛ ਕੁ ਤਾਂ ਸੌਂ ਗਏ ਸੀ ਅਤੇ ਕੁਛ ਕੁ ਸੌਣ ਦੀ ਤਿਆਰੀ 'ਚ ਸੀ ਕੱਲ੍ਹ ਸਾਰੇ ਜਾਣੇ ਬਹੁਤ ਥੱਕ ਗਏ ਸੀਗੇ ਅੱਜ ਸਾਰੇ 10-11 ਵਜੇ ਉੱਠੇ ਆ ਅਤੇ ਹੁਣ ਅਸੀਂ ਚੱਲੇ ਹਾਂ ਲੁਧਿਆਣੇ ਸ਼ੋਪਿੰਗ ਕਰਨ ਅਤੇ ਜਵਾਕਾਂ ਨੂੰ ਖਿਡਾਉਣ ਪਰ ਜਵਾਕਾਂ ਨਾਲੋਂ ਪਹਿਲਾਂ ਅਸੀਂ ਆਪ ਖੇਡਣ ਲੱਗ ਗਏ ਨੱਚਦੇ ਖੁਸ਼ ਹੈ ਨਾ ਤੁਸੀਂ ਨੱਚਦੇ ਖੜਾ ਹੋ ਜਾ ਕਮ ਔਨ ਹੁਣ ਰਣਸ਼ੇਰ 80% ਤਾਂ ਤੁਰਨ ਲੱਗ ਗਿਆ ਆਪੇ ਡਿੱਗ ਵੀ ਪੈਂਦਾ ਆਪੇ ਖੜਾ ਹੋ ਜਾਂਦਾ ਆਪੇ ਤੁਰ ਪੈਂਦਾ ਚੱਲ ਚੱਲ ਮੰਮਾ ਕੋਲ ਜਾਓ ਮੰਮਾ ਕੋਲ ਜਾਓ ਵੈਰੀ ਗੁੱਡ ਕੋਈ ਨਾ ਪੁੱਤ ਡਿੱਗ ਡਿੱਗ ਕੇ ਸ਼ੇਰ ਹੋਏਗਾ ਚੱਲ ਆ ਜਾ ਵੈਰੀ ਗੁੱਡ ਚੱਲ 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 ਆ ਜਾ ਉੱਲ ਹੁਣ ਛੱਡ ਹਲੇ ਵੀ ਹੱਸਦਾ ਵਾ ਚੱਲ 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 ਵੈਰੀ ਗੁੱਡ ਕਮ ਔਨ ਚੱਲ ਦੈਟਸ ਅ ਗੁੱਡ ਬੋਏ ਅੱਜ ਅਸੀਂ ਸਾਰੇ ਜਾਣੇ ਲੁਧਿਆਣੇ ਆਏ ਹਾਂ ਦੋਨੇ ਗੱਡੀਆਂ ਲੈ ਕੇ ਆਉਣੀਆਂ ਪਈਆਂ ਨੇ ਸਕਾਰਪੀਓ ਵੀ ਅਤੇ ਆਪਣੀ ਆ ਗਈ ਹਲੇ ਦੁਕਾਨ 'ਤੇ ਜਾ ਕੇ ਬੈਠੀ ਸੀਗੇ ਦੁਬਾਰਾ ਫਿਰ ਗੱਡੀ 'ਚ ਆਉਣਾ ਪਿਆ ਬਾਈ ਨੂੰ ਜ਼ਰੂਰੀ ਕੰਮ ਪੈ ਗਿਆ ਸੀ ਬਾਹਰ ਆ ਕੇ ਪਹਿਲਾਂ ਜ਼ਰੂਰੀ ਕੰਮ ਹੀ ਕਰਦੇ ਉਹ ਸਰਦਾਰਾ ਵੇ ਸਰਦਾਰਾ ਕਿੱਥੇ ਗਿਆ ਬੂ ਬੂ ਕਿੱਥੇ ਗਿਆ ਥੱਲੇ ਗਿਆ ਹੁਣ ਨਹੀਂ ਮਿਲਣਾ ਤੈਨੂੰ ਬੂ ਹੁਣ ਕੀ ਪਾਏਗਾ ਹੁਣ ਤੁਰੇਗਾ ਕਿ ਮੇਕ ਬੂਟ ਪਾ ਕੇ ਤੁਰੇਗਾ ਤੇ ਦਿਆ ਵੇ ਗਿਆ ਲੱਗ ਗਿਆ ਕਲੈਪਿੰਗ ਕਰਦੇ ਕਲੈਪਿੰਗ ਕਲੈਪਿੰਗ ਸ਼ੈਲੀ ਕਰਦੇ ਸ਼ੈਲੀ ਮੰਮਾ ਕਿੱਥੇ ਮੰਮਾ ਡੈਡਾ ਕਿੱਥੇ ਡੈਡਾ ਲੈ ਰਣਸ਼ੇਰ ਕਿੱਥੇ ਰਣਸ਼ੇਰ
ਮਾਈ ਅੱਜ ਅਸੀਂ ਦਿਨ ਦੇ ਚਾਨਣ 'ਚ ਘੁਮਾਰ ਮੰਡੀ ਆਏ ਸੀ, ਹੁਣ ਰਾਤ ਦਾ ਹਨੇਰਾ ਹੋਣ ਵਾਲਾ, ਹਾਲੇ ਵੀ ਘੁਮਾਰ ਮੰਡੀ ਹੋਈ ਹੈ। ਟਾਇਰਡ, ਵੈਰੀ ਮਚ ਟਾਇਰਡ। ਅੱਜ ਨਵਰੰਗ ਵਾਲਿਆਂ ਤੋਂ ਬਹੁਤ ਸ਼ੋਪਿੰਗ ਕੀਤੀ ਬਈ, ਹੁਣ ਗੋਲ ਗੱਪੇ ਖਾਣ ਲੱਗੇ। ਕੱਲ੍ਹ ਵੀ ਆਪਣੀ ਸਾਰੀ ਦਿਹਾੜੀ ਘੁਮਾਰ ਮੰਡੀ ਨਿਕਲ ਗਈ ਸੀਗੀ, ਮੈਨੂੰ ਲੱਗਦਾ ਅੱਜ ਵੀ ਸਾਰੀ ਦਿਹਾੜੀ ਘੁਮਾਰ ਮੰਡੀ ਨਿਕਲੂਗੀ। ਅੱਜ ਮੈਨੂੰ ਲੱਗਦਾ ਸਾਰੇ ਕੰਮ ਹੋ ਜਾਣਗੇ, ਕੱਲ੍ਹ ਤੋਂ ਫਿਰ ਆਪਾਂ ਕਿਸੇ ਹੋਰ ਪਾਸੇ ਚੱਲਾਂਗੇ। ਜੇ ਨਹੀਂ ਸੋਣਾ ਇਹਨੂੰ ਮੂੰਹ 'ਚੋਂ ਕੱਢ। ਨੋ ਨੋ ਓਕੇ ਮਾਰੇਗਾ, ਮੇਰੇ ਮਾਰੇਗਾ ਮਾਰੇਗਾ। ਅਸੀਂ ਰਣਸ਼ੇਰ ਨੂੰ ਘਰੇ ਛੱਡ ਕੇ ਆ ਗਏ ਤੇ ਸਾਡੇ ਬਾਹਰਲੇ ਇੱਥੋਂ ਹਲੇ ਇੱਥੇ ਤੱਕ ਗਏ ਆ। ਅੱਜ ਫਿਰ ਚਾਨਣ ਤੋਂ ਹਨੇਰਾ ਹੋ ਗਿਆ ਤੇ ਸਾਡੀ ਸਾਰੀ ਦਿਹਾੜੀ ਘੁਮਾਰ ਮੰਡੀਓ ਨਿਕਲ ਗਈ। ਅਸੀਂ ਘਰ 'ਚ ਹੁਣ ਇੰਨੇ ਮੈਂਬਰ ਹਾਂ, ਅੱਧਾ ਘੰਟਾ ਤਾਂ ਇਹੀ ਡਿਸਾਈਡ ਨਹੀਂ ਹੁੰਦਾ ਵੀ ਕਿਹਨੇ ਕਿਹੜੀ ਗੱਡੀ 'ਚ ਬਹਿਣਾ ਵਾ। ਤੂੰ ਵੀ ਜਾਣਾ ਸੀ ਕਲਾੜੀ 'ਤੇ? ਹੈਂ, ਤੂੰ ਕਲਾੜੀ 'ਤੇ ਜਾਣਾ ਸੀ? ਸਾਰੇ ਜਾਣੇ ਕਲਾੜੀ ਦੇਖਣ ਚੱਲੇ ਆ। ਅਮਨ ਹੁਣੇ 7 ਦਿਨ ਲਈ ਇੰਡੀਆ ਆਏ ਸੀ ਅਤੇ 70 ਦਿਨ ਦਾ ਕੰਮ ਲੈ ਕੇ ਆਏ ਹੋਏ ਆ। ਹੁਣ ਹਰ ਰੋਜ਼ ਸਵੇਰੇ ਕਦੇ ਇੱਧਰ ਨੂੰ ਕਦੇ ਇੱਧਰ ਨੂੰ ਕਦੇ ਆਹ ਕਰਨਾ ਕਦੇ ਉਹ ਕਰਨਾ, ਇਸ ਲਈ ਮੈਂ ਥੱਕ ਗਿਆ, ਮੈਂ ਤਾਂ ਰੈਸਟ ਕਰ ਰਿਹਾ। ਅੱਜ ਦਾ ਆਪਣਾ ਪਲੈਨ ਸਿੰਪਲ ਸੀਗਾ, ਇੱਕ ਤਾਂ ਪਿੰਡ ਜਾ ਕੇ ਆਉਣਾ ਸੀਗਾ ਅਤੇ ਇੱਕ ਮਾਸੀ ਕੋਲ। ਅੱਜ ਸਵੇਰੇ ਪਹਿਲਾਂ ਮੋਨਵਤ ਗਏ, ਫਿਰ ਪੰਧੇਰਕੜੀ ਗਏ ਅਤੇ ਹੁਣ ਵਾਪਸ ਘੁਮਾਰ ਮੰਡੀ ਆ ਗਏ। ਜਿੰਨੀ ਸ਼ੋਪਿੰਗ ਕੀਤੀ ਸੀਗੀ ਉਹ ਸਾਰਾ ਸਮਾਨ ਕਲੈਕਟ ਕਰਨ। ਰਣਸ਼ੇਰ ਤਾਇਆ ਜੀ ਨੂੰ ਬਾਏ ਕਰ ਦੇ। ਤਾਇਆ ਜੀ ਚੱਲੇ, ਤਾਇਆ ਜੀ ਹਲੇ ਕੱਲ੍ਹ ਆਏ ਸੀ ਅਤੇ ਅੱਜ ਚੱਲੇ ਵੀ। ਐਂ ਲੱਗਦਾ ਵੀ ਇੱਕ ਪਾਠ ਵਾਲਾ ਦਿਨ ਸੀ, ਇੱਕ ਗੁਰਦੁਆਰਾ ਸਾਹਿਬ ਅਤੇ ਉਦੋਂ ਬਾਅਦ ਸ਼ੋਪਿੰਗ। ਓਨਲੀ 3 ਡੇਜ਼। ਅੱਜ ਡੈਡੀ ਨੇ ਜਾਣਾ ਦਿੱਲੀ ਨੂੰ ਇਹਨਾਂ ਨੂੰ ਛੱਡਣ। ਅੱਜ ਆਪਣੀ ਬੱਸ ਬੜੀ ਵਧੀਆ ਆਈ ਆ ਬਈ, ਜਿਹੜੀ ਨਵੀਂ ਆਈ ਆ ਫੋਰਸ ਵਾਲਿਆਂ ਦੀ। ਇਹਦੇ ਵਿੱਚ ਸਪੇਸ ਵੀ ਬਹੁਤ ਆ। ਇਹਦੇ ਵਿੱਚ ਤਾਂ ਆ ਮੂਰਤੀ ਵਿੱਚ ਚੜ੍ਹਨ ਦੀ ਲੋੜ ਨਹੀਂ, ਇੱਥੋਂ ਦੀ ਇੱਕ ਹੋਰ ਟਾਕੀ ਹੈਗੀ ਹੈ, ਤੁਸੀਂ ਈਜ਼ਲੀ ਚੜ੍ਹ ਸਕਦੇ ਹੋ ਅਤੇ ਆਈ ਗੈਸ ਕੰਫਰਟੇਬਲ ਵੀ ਉਹਦੇ ਨਾਲ ਜ਼ਿਆਦਾ ਵਾ, ਜਿਹੜੀ ਆਪਣੀ ਦੂਜਾ ਟੈਂਪੂ ਟਰੈਵਲ ਹੁੰਦਾ। ਅੱਜ ਤਾਂ ਮੇਰਾ ਹੁਣ ਨਾਲ ਜਾਣ ਨੂੰ ਜੀ ਕਰਨ ਲੱਗ ਗਿਆ, ਪਰ ਕੱਲ੍ਹ ਨੂੰ ਮੈਨੂੰ ਕੰਮ ਆ, ਜਾ ਨਹੀਂ ਸਕਦਾ। ਤਾਂ ਕਿੱਥੇ ਗਿਆ? ਤਾਂ ਕਿੱਥੇ ਗਿਆ? ਗਿਆ ਹੈਰੀ ਕਿੱਥੇ ਆ? ਹੈਰੀ ਕਿੱਥੇ ਗਿਆ? ਵਾਹ ਗਿਆ ਹੈਰੀ ਕਿੱਥੇ ਗਿਆ? ਵਾਹ 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 ਗਿਆ ਕਿੱਥੇ ਗਿਆ? ਵਾਹ ਗਿਆ ਵਾਹ ਗਿਆ ਕਿੱਥੇ ਕਿੱਥੇ ਗਿਆ ਹੈਰੀ? ਰਣਵੀਰ ਕਿੱਥੇ ਗਿਆ? ਰਣਵੀਰ ਵਾਹ